ਰੋਗਨਪ੍ਰੀਤ ਕੌਰ ਨੇ ਭਾਸ਼ਣ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਦੀਪ ਕੌਰ ਨੇ ਜੋ 10th A ਕਲਾਸ ਦੀ ਬੱਚੀ ਹੈ ਮੌਲਿਕ ਲਿਖਤ ਵਿੱਚੋਂ ਇਸ ਬੱਚੀ ਨੇ ਪੋਜੀਸ਼ਨ ਪ੍ਰਾਪਤ ਕੀਤੀ ਹੈ, ਸੈਕਿੰਡ ਪੋਜੀਸ਼ਨ ਪ੍ਰਾਪਤ ਕੀਤੀ। ਕਿਰਨਦੀਪ ਕੌਰ 4th A ਕਲਾਸ ਦੀ ਬੱਚੀ ਸੋਲੋ ਡਾਂਸ ਵਿੱਚੋਂ ਇਸ ਨੇ ਫਸਟ ਪਹਿਲੀ ਪੋਜੀਸ਼ਨ ਜਿਹੜੀ ਉਹ ਪ੍ਰਾਪਤ ਕੀਤੀ। ਕਿਰਨਦੀਪ ਕੌਰ, ਕਿਰਨਦੀਪ ਕੌਰ 4th A ਕਲਾਸ ਦੀ ਬੱਚੀ ਹੈ, ਸੋਲੋ ਡਾਂਸ ਦੇ ਵਿੱਚੋਂ ਇਸ ਬੱਚੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਉਹ ਬੱਚੀ ਆਵਾਜ਼ ਸੁਣਦੀ ਹੋਵੇ ਅਤੇ ਆਪਣਾ ਪ੍ਰਾਈਜ਼ ਲੈ ਲਵੇ। ਸੋ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਤਿਕਾਰਯੋਗ ਪ੍ਰਿੰਸ ਡਾਇਰੈਕਟਰ ਸਾਹਿਬ ਸਰਦਾਰ ਗੁਰਦਿਆਲ ਸਿੰਘ ਜੀ, ਪ੍ਰਿੰਸੀਪਲ ਮੈਡਮ ਜਸਪਾਲ ਕੌਰ ਜੀ, ਹੈੱਡ ਮਿਸਿਸ ਮੈਡਮ ਐਂਡ ਸੁਪਰਡੈਂਟ ਸਾਹਿਬ, ਜਿਨ੍ਹਾਂ ਨੇ ਬੱਚਿਆਂ ਨੂੰ ਆਪਣੇ ਕਰਮੀ ਮਾਤਾ ਖੀਰੀ ਜੀ ਲੰਗਰ ਹਾਲ ਵਿਖੇ ਲੰਗਰ ਵੀ ਤਿਆਰ ਹੈ। ਸੋ ਆਪ ਸੰਗਤਾਂ ਨੇ ਉੱਥੇ ਲੰਗਰ ਛਕ ਕੇ ਵੀ ਜਾਣ ਦੀ ਕਿਰਪਾਲਤਾ ਕਰਨੀ। ਬੋਲੇ ਸੋ
Quem sabe ele estava. Hey!
ਕਾਕੂ ਉੱਥੇ ਕੀ ਆ ਨਹੀਂ ਨਿਸ਼ਾਨੇ ਕੀਤੀ ਆ ਨਹੀਂ ਹੁਣ ਤੂੰ ਉੱਤਰ ਮੈਂ ਨਾ ਵੈਸੇ ਹੀ ਉਹ ਬਾਰਾਂ ਸੌ ਆਓ ਗੱਡੀ ਬਾਰਾਂ ਸਾਰੇ ਕੈਨੇਡਾ ਦੀ ਡੈਲੀਗੇਸ਼ਨ ਆਈ ਹੈ ਕਾਫੀ ਵੱਡੀ ਡੈਲੀਗੇਸ਼ਨ ਹੈ ਨਾਲ ਬਿਜ਼ਨਸ ਲੀਡਰਸ ਵੀ ਨਾਲ ਕੁਛ ਕਲਚਰਲ ਲੀਡਰ ਆਪਣੀ ਕੰਟਰੀ ਦੇ ਬੰਦੇ ਕੋਲ ਕਾਫੀ ਆਏ ਅਤੇ ਇੱਥੇ ਆਏ ਸੀ ਕਿ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਬਿਲਡ ਕਰਦੇ ਇਸ ਵੇਲੇ ਜਿਹੜੀ ਟ੍ਰੇਡ ਰਿਲੇਸ਼ਨਸ਼ਿਪ ਆ ਕੈਨੇਡਾ ਅਤੇ ਇੰਡੀਆ ਦੀ $5 billion ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਉਂਦੇ 3 ਸਾਲਾਂ ਤੱਕ 2015 ਤੱਕ ਇਸ ਜਿਹੜੀ ਟ੍ਰੇਡ ਰਿਲੇਸ਼ਨਸ਼ਿਪ ਆ ਟੂ ਵੇ ਟ੍ਰੇਡ $15 billion ਦੀ ਕੋਸ਼ਿਸ਼ ਸੋ 3 ਗੁਣਾ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਿੱਚ ਕੁਛ ਅਗਰੀਮੈਂਟਸ ਵੀ ਸਾਈਨ ਕੀਤੀਆਂ ਨੇ ਕਾਫੀ ਸਾਇੰਸ ਐਂਡ ਟੈਕਨੋਲੋਜੀ ਐਗਰੀਕਲਚਰ ਨਿਊਕਲੀਅਰ ਅਗਰੀਮੈਂਟ ਸੋਸ਼ਲ ਸਿਕਿਉਰਿਟੀ ਅਗਰੀਮੈਂਟ ਸੋ ਇਹ ਜਿਹੜੇ ਵੀ ਸੈਕਟਰਸ ਨੇ ਜਿਸ 'ਤੇ ਅਸੀਂ ਐਜ਼ ਏ ਦੋ ਕੰਟਰੀ ਵਰਕ ਕਰ ਰਹੇ ਮੈਂ ਕਹਿ ਸਕਦਾ ਵੀ ਮੇਰੇ ਲਈ ਪਰਸਨਲੀ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਅਨੰਦਪੁਰ ਸਾਹਿਬ ਗਏ ਨੇ ਐਜ਼ ਦੇ ਫਸਟ ਪ੍ਰਾਈਮ ਮਿਨਿਸਟਰ ਫੋਰਨ ਪ੍ਰਾਈਮ ਮਿਨਿਸਟਰ ਅਨੰਦਪੁਰ ਸਾਹਿਬ ਜਾ ਕੇ ਮੈਨੂੰ ਮੈਂ ਆਪ ਪਰਸਨਲੀ ਅਜੇ ਸਿੱਖ ਕੈਬਨਿਟ ਮਿਨਿਸਟਰ ਬਹੁਤ ਜ਼ਿਆਦਾ ਪ੍ਰਾਊਡ ਸੀ ਐਜ਼ ਏ ਸਿੱਖ ਕੈਨੇਡੀਅਨ ਬਹੁਤ ਜ਼ਿਆਦਾ ਪ੍ਰਾਊਡ ਸੀ ਕਿ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਅਨੰਦਪੁਰ ਸਾਹਿਬ ਜਾ ਕੇ ਨੇ ਸਿੱਖ ਖਾਲਸਾ ਹੈਰੀਟੇਜ ਸੈਂਟਰ ਦੇਖਿਆ ਉਹਨਾਂ ਨੇ ਅਤੇ ਉਹਦੇ ਬਾਰੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਸਿੱਖਿਆ ਸੀ ਅਤੇ ਮੈਂ ਕਹਿੰਦਾ ਵੀ ਉਹਨਾਂ ਤਾਂ ਗਏ ਸੀ ਵੀ ਤਾਂ ਉਹਨਾਂ ਨੇ ਜਿਹੜੀ ਸਿੱਖ ਕਮਿਊਨਿਟੀ ਕੈਨੇਡਾ ਦੇ ਵਿੱਚ ਆ ਉਹਨਾਂ ਨੂੰ ਰੈਕਗਨੇਸ਼ਨ ਦਿੱਤੀ ਆ ਵੀ ਤੁਸੀਂ ਕੈਨੇਡਾ ਨੂੰ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਦਿੱਤੀ ਆ ਬਹੁਤ ਜ਼ਿਆਦਾ ਇਕਨੋਮਿਕਲੀ ਸੋਸ਼ਲੀ ਕੰਟਰੀਬਿਊਟ ਬਹੁਤ ਕੀਤਾ ਸੋ ਤਾਂ ਹੀ ਉਹ ਗਿਰੀ ਆ ਜੇ ਤੁਸੀਂ ਕਹਿੰਦੇ ਹੋ ਵੀ ਜਸਟਿਸ ਸਾਰਿਆਂ ਨੂੰ ਮਿਲਣਾ ਚਾਹੀਦਾ ਉਹ ਕੈਨੇਡੀਅਨ ਵੈਲਿਊ ਵੀ ਹੈ ਸਿੱਖੀ ਵੈਲਿਊ ਵੀ ਹੈ ਸੋ ਇਹ ਵੈਲਿਊਜ਼ ਆਪਾਂ ਸ਼ੇਅਰ ਕਰਦੇ ਹਾਂ ਦੇਰ ਆਰ ਸੋ ਮੈਨੀ ਇੰਸਟਾਂਸਿਸ ਦੈਟ ਸੋ ਮੈਨੀ ਪਰਸਨਸ ਕੇਮ ਹੇਅਰ ਐਂਡ ਦੇ ਫ੍ਰੌਡੁਲੈਂਟਲੀ ਗੈਟ ਥੈਮਸੈਲਵਸ ਮੈਰਿਡ ਐਂਡ ਆਫਟਰ ਡਿਸਿਸਿੰਗ ਦ ਗਰਲਸ ਹੇਅਰ ਦੇ ਗੋ ਬੈਕ ਬਟ ਪ੍ਰੋਬਲਮ ਇਜ਼ ਦੇਅਰ ਦੇਖੋ ਜੀ ਜਿਹੜੀ ਕੈਨੇਡਾ ਦੇ ਵਿੱਚ ਫਰੋਜਲੈਂਟ ਮੈਰਿਜ ਦੇ ਹਿਸਾਬ ਨਾਲ ਲੋਕ ਪਹੁੰਚਦੇ ਨੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਫਰੋਜਲੈਂਟ ਮੈਰਿਜ ਰਿਡਿਊਸ ਕਰ ਦਈਏ ਹੁਣ ਅਸੀਂ ਕੁਛ ਲੋਸ ਚੇਂਜ ਕੀਤੇ ਨੇ ਵੀ ਜੇ ਤੁਸੀਂ ਕੈਨੇਡਾ ਜਾਂਦੇ ਹੋ ਜੇ ਤੁਸੀਂ ਬਾਈ ਮੈਰਿਜ ਕੈਨੇਡਾ ਜਾਂਦੇ ਹੋ ਤੁਹਾਨੂੰ ਉਸ ਮੈਰਿਜ ਦੇ ਵਿੱਚ 2 ਸਾਲ ਰਹਿਣਾ ਪੈਣਾ ਬਿਕੋਜ਼ ਪ੍ਰੋਬਲਮ ਇਹ ਪੈਂਦੀ ਸੀ ਪੁਰਾਣੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਕੈਨੇਡਾ ਜਾ ਕੇ ਏਅਰਪੋਰਟ ਤੋਂ ਜਾਂ ਹਫ਼ਤੇ ਬਾਅਦ ਉਹ ਭੱਜ ਜਾਂਦੇ ਸੀ ਹੁਣ ਤੁਹਾਨੂੰ 2 ਸਾਲ ਮੈਰਿਜ ਦੇ ਵਿੱਚ ਰਹਿਣਾ ਪੈਣਾ ਫਿਰ ਹੀ ਤੁਹਾਨੂੰ ਟੋਟਲੀ ਪਰਮਨੈਂਟ ਸਟੇਟਸ ਮਿਲਣਾ ਸੋ ਇਹ ਕੁਛ ਚੇਂਜਸ ਲਿਆਉਂਦੇ ਨੇ ਐਂਡ ਇਹ ਕੈਨੇਡੀਅਨਸ ਨੂੰ ਵੀ ਪ੍ਰੋਟੈਕਟ ਕਰਨ ਪਰ ਈਵਨ ਜਿਹੜੇ ਇੰਡੀਅਨ ਆ ਇੱਥੋਂ ਪੰਜਾਬੀ ਜਾਂਦੇ ਨੇ ਫੋਰ ਐਨੀ ਵੇਅਰ ਐਕਚੁਅਲੀ ਇਨ ਦ ਵਰਲਡ ਬਿਕੋਜ਼ ਇਹ ਪ੍ਰੋਬਲਮ ਇਕੱਲੀ ਇੰਡੀਆ ਦੀ ਨਹੀਂ ਗੀ ਹੋਰ ਕੰਟਰੀਜ਼ ਨੂੰ ਵੀ ਪ੍ਰੋਬਲਮ ਹੈਗੀ ਹੈ ਜੀ ਉਸ ਉਹਨਾਂ ਨੂੰ ਸਾਰਿਆਂ ਦੇ ਵਾਸਤੇ ਪ੍ਰੋਟੈਕਸ਼ਨ ਲਈ ਇਹ ਲਾਅ ਚੇਂਜ ਕੀਤੀ ਉੱਥੇ ਕਹਿ ਲਓ ਵੀ ਆਪਣੇ ਹਾਊਸ ਆਫ ਕਾਮਨਸ ਦੇ ਵਿੱਚ ਫੈਡਰਲ ਲੈਵਲ 'ਤੇ ਆਈ ਥਿੰਕ 9 ਜਾਣੇ ਆ ਜੀ ਜਿਹੜੇ ਪੰਜਾਬੀ ਕਹਿ ਲਓ ਐਂਡ ਪ੍ਰੋਵਿੰਸ਼ਲ ਲੈਵਲਸ 'ਤੇ ਵੀ ਹੈਗੇ ਆ ਸੋ ਪੋਲੀਟੀਕਲੀ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਕਮਿਊਨਿਟੀ ਕਾਫੀ ਇਨਵੋਲਵਡ ਆ ਇੱਥੋਂ ਦੇ ਤੁਸੀਂ ਕਿਰਪਾਨ ਪਾ ਸਕਦੇ ਹਾਂ ਸਕੂਲ ਵੀ ਪਾ ਸਕਦੇ ਹਾਂ ਕੁਛ ਹੁਣ ਕੋਰਟਸ ਵਿੱਚ ਕੀਤੀ ਸੀ ਜਿਹੜੀ ਇਜ਼ ਵੈਰੀ ਇੰਪੋਰਟੈਂਟ ਵੀ ਜਿਹੜੇ ਲੋਕ ਭਲਾਂਦੀ ਕੈਨੇਡਾ ਦੇ ਵਿੱਚ ਉਹਨਾਂ ਕੋਲ ਕੁਛ ਪੋਲੀਟੀਕਲ ਓਪੀਨੀਅਨ ਡਿਫਰੈਂਟ ਆ ਗਵਰਨਮੈਂਟ ਨਾਲੋਂ ਭਲਾਂਦੀ ਕੈਨੇਡੀਅਨ ਗਵਰਨਮੈਂਟ ਨਾਲੋਂ ਜਾਂ ਇੰਡੀਅਨ ਗਵਰਨਮੈਂਟ ਨਾਲੋਂ ਉਹ ਵਿਥਇਨ ਕੈਨੇਡਾ ਦੇ ਲਾਜ਼ ਦੇ ਵਿੱਚ ਜੇ ਤੁਸੀਂ ਓਪੀਨੀਅਨ ਰੱਖਦੇ ਹੋ ਉਹ ਤੁਹਾਡੀ ਮਰਜ਼ੀ ਹੈ ਕੈਨੇਡਾ ਵਿੱਚ ਜ਼ਰੂਰ ਇਹ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਆ ਭਲਾਂਦੀ ਐਜ਼ ਏ ਗਵਰਨਮੈਂਟ ਅਸੀਂ ਉਹਨਾਂ ਨਾਲ ਅਗਰੀ ਨਹੀਂ ਕਰਦੇ ਵੀਜ਼ੇ ਦੀ ਗੱਲ ਕਰ ਰਹੇ ਅਸੀਂ ਇਸ ਵੇਲੇ ਕੈਨੇਡਾ ਦੇ ਵੀਜ਼ਾ ਸਿਸਟਮ ਕਾਫੀ ਚੇਂਜ ਕਰ ਰਹੇ ਹਾਂ ਵੀ ਜਿਹੜੇ ਸਿਸਟਮ ਨੂੰ ਉਹ ਨੂੰ ਕਹਿ ਲਓ ਫਲੈਕਸੀਬਲ ਹੋਣਾ ਚਾਹੀਦਾ ਅਤੇ ਰਿਸਪੋਂਸਿਵ ਟੂ ਕੈਨੇਡੀਅਨ ਜੋਬ ਦੇ ਨੀਡਸ ਦੇ ਵਿੱਚ ਹੋਣਾ ਚਾਹੀਦਾ ਸੋ ਕਿਹੜੀ ਜਿਹੜੀ ਜੋਬਸ ਕੈਨੇਡਾ ਦੇ ਵਿੱਚ ਲੋੜ ਆ
ਟ੍ਰੇਨਡ ਲੋਕ ਚਾਹੀਦੇ ਨੇ, ਉਸ ਹਿਸਾਬ ਦੇ ਨਾਲ ਇਮੀਗ੍ਰੈਂਟ ਹੋਣੇ ਚਾਹੀਦੇ ਨੇ। ਓਵਰਆਲ ਜੇ ਦੇਖਿਆ ਜਾਵੇ ਜੀ, ਵਿਜ਼ਟਰ ਵੀਜ਼ੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗਵਰਨਮੈਂਟ ਦੇ ਵਿੱਚ ਆਏ ਸੀ